ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਸਮਾਰੋਹਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦੁਆਰਾ ਸ੍ਰੀ ਬੇਸ ਸਾਹਿਬ ਦੇ ਵਿੱਚ ਚੱਲ ਰਹੇ ਸੁੰਦਰੀਕਰਨ ਦੇ ਕਾਰਜਾਂ ਦੇ ਵਿੱਚ ਸੁਲਤਾਨਪੁਰ ਲੋਧੀ ਨੂੰ ਵਾਈਲਡ ਸਿਟੀ ਬਣਾਉਣਾ, ਗੁਰਦੁਆਰਾ ਸਾਹਿਬ ਦੇ ਵਿੱਚ ਚਾਂਦੀ ਦੇ ਦਰਵਾਜ਼ਿਆਂ ਤੇ ਸੁੰਦਰ ਮੀਨਾਕਾਰੀ ਸ਼ਾਮਲ ਹੈ। ਇਹਨਾਂ ਸਾਰੇ ਚੱਲ ਰਹੇ ਕਾਰਜਾਂ ਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਾਇਜ਼ਾ ਲਿਆ। ਪ੍ਰਬੰਧਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ਹਿਰ ਨੂੰ ਵਾਈਲਡ ਸਿਟੀ ਬਣਾਉਣ ਦਾ ਕੰਮ 70% ਮੁਕੰਮਲ ਹੋ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਹਰਿਆਲੀ ਅਤੇ ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਦੇ ਲਈ ਲਾਈਟਾਂ ਦੀ ਵਿਵਸਥਾ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉੱਥੇ ਇਸ ਮੌਕੇ ਤੇ ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ਤੇ ਵੀ ਤੰਜ ਕੱਸਿਆ ਤੇ ਕਿਹਾ ਕਿ ਜੇਕਰ ਸੂਬਾ ਸਰਕਾਰ ਸਹਿਯੋਗ ਕਰਦੀ ਤਾਂ ਇਹ ਕੰਮ ਬਹੁਤ ਜਲਦ ਪੂਰਾ ਹੋ ਜਾਣਾ ਸੀ। ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੂਬਾ ਸਰਕਾਰ ਯਾਨੀ ਕਿ ਕਾਂਗਰਸ ਸਰਕਾਰ ਤੇ ਕੀਤੇ ਗਏ ਤਿੱਖੇ ਸ਼ਬਦੀ ਹਮਲੇ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਤੇ ਆਪਣੇ ਸਮੂਹ ਵਰਕਰ ਸਾਹਿਬਾਨ, ਜਿਵੇਂ ਆਪਾਂ ਮਹੀਨਾ ਪਹਿਲੇ ਇਸ ਸ਼ਹਿਰ ਨੂੰ ਸਵੇਦੀਕਰਨ ਦਾ ਅਸੀਂ ਸੇਵਾ ਦਿੱਤੀ ਸੀ, ਸੋ ਲਗਾਤਾਰ ਆਪਣੇ ਸਾਰੇ ਹਲਕਿਆਂ ਤੋਂ ਲੋਕ ਆ ਕੇ ਇੱਥੇ ਸੇਵਾ ਕਰ ਰਹੇ ਨੇ। ਮੈਂ ਵੀ ਹਰ ਹਫ਼ਤੇ ਇੱਥੇ ਪਹੁੰਚਦੀ ਹਾਂ ਅਤੇ ਜਿੱਥੇ ਸ਼ਹਿਰ ਦੀ ਸੁੰਦਰੀਕਰਨ ਕੀਤੀ ਜਾ ਰਹੀ ਹੈ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਵੇਂ ਉਹਨੂੰ ਗੁਰਦੁਆਰਾ ਸਾਹਿਬ ਦੀ ਸਜਾਵਟ ਹੋ ਸਕਦੀ ਹੈ, ਹੋਰ ਪ੍ਰਬੰਧ ਲੋਕਾਂ ਵਾਸਤੇ ਕੀ ਕੁਝ ਹੋ ਸਕਦੇ ਨੇ। ਗਵਰਨਮੈਂਟ ਆਫ ਇੰਡੀਆ ਜਿਹੜੀ ਬਹੁਤ ਸਾਰੀ ਚੀਜ਼ਾਂ ਬੁੱਕ ਫੇਅਰ ਲਗਾਉਣਾ ਚਾਹੁੰਦੀ ਹੈ, ਇੱਕ ਪ੍ਰਦਰਸ਼ਨੀ ਕਰਨਾ ਚਾਹੁੰਦੀ ਹੈ, ਸਾਡੇ ਲਾਈਟ ਐਂਡ ਸਾਊਂਡ ਸ਼ੋਅ ਪੇਂਟ ਕਰਨਾ ਹੈ, ਲੇਕਿਨ 70% ਦੇ ਨੇੜੇ ਤੇੜੇ ਪੂਰਾ ਸ਼ਹਿਰ ਪੇਂਟ ਹੋ ਗਿਆ ਅਤੇ ਕੁਛ ਹੀ ਦਿਨਾਂ 'ਚ ਇਹ ਪੂਰਾ ਅਸੀਂ ਮੁਕੰਮਲ ਕਰ ਦਾਂਗੇ। ਉਹਦੇ ਬਾਅਦ ਸਾਡਾ ਸਾਰਾ ਜ਼ੋਰ ਹੋਊਗਾ ਹਰਿਆਲੀ 'ਚ, ਸਾਫ਼ ਸਫਾਈ 'ਚ ਅਤੇ ਲਾਈਟਾਂ ਲੂਟਾਂ ਲਾ ਕੇ ਗੁਰਦੁਆਰਾ ਸਾਹਿਬ ਦੀ ਸੁੰਦਰੀਕਰਨ 'ਚ, ਤਾਂ ਉਸ ਪਾਸੇ ਲੱਗਦਾ। ਲੇਕਿਨ ਉਹ ਇੱਕ ਵਾਰੀ ਪੇਂਟ ਮੁਕੰਮਲ ਹੋ ਜਾਏ ਫਿਰ ਇਸ ਮਾਰਗ ਦੀ ਹੋਰ ਸੁੰਦਰੀਕਰਨ ਕੀ ਕਰਨੀ ਹੈ ਉਹਦੇ ਵਿੱਚ ਲੱਗ ਜਾਂਦਾ। ਅਤੇ ਜਿਵੇਂ ਮੈਂ ਕਹਿੰਦੀ ਹਾਂ ਕਿ ਸਰਕਾਰ ਦਾ ਸਹਿਯੋਗ ਹੁੰਦਾ ਤਾਂ ਇਹ ਕੰਮ ਦੀ ਰਫ਼ਤਾਰ 100 ਗੁਣਾ ਹੋਰ ਵੱਧ ਹੁੰਦੀ, ਲੇਕਿਨ ਜਦ ਕਰਨ ਕਰਾਵਨ ਹਾਰ ਗੁਰੂ ਸਾਹਿਬ ਆਪ ਉਹਨਾਂ ਦਾ ਉਹ ਟਾਸਲਾ ਲੈ ਕੇ ਸੇਵਾ ਕਰਦੇ ਹਾਂ ਤਾਂ ਪੂਰਾ ਮਾਣ ਹੈਗਾ ਕਿ ਗੁਰੂ ਸਾਹਿਬ ਆਪ ਹੀ ਇਸ ਕਾਰਜ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਇਤਿਹਾਸਿਕ ਸਾਡੇ 500 ਸਾਲਾਂ ਮਨਾਉਣ ਦਾ ਇਹ ਸ਼ੁਭ ਮੌਕਾ ਜਿਹੜਾ ਗੁਰੂ ਸਾਹਿਬ ਨੇ ਸਾਡੇ ਜੀਵਨ ਵਿੱਚ ਦਿੱਤਾ ਹੈ ਕਿ ਅਸੀਂ ਸਾਡੇ ਵੀਰਾਂ ਨਾਲ ਕਰਦੇ ਹਾਂ। ਸੁਲਤਾਨਪੁਰ ਲੋਧੀ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।